ਨਾ ਸਰ ਢਿੱਲੋਂ ਬਾਈ ਜੀ, ਅੱਜ ਤੁਸੀਂ ਮਾਸ਼ਾਅੱਲਾ ਸਾਨੂੰ ਮਿਲਣ ਆਏ ਹੋ ਫੈਸਲਾਬਾਦ ਤੋਂ ਲਾਹੌਰ ਪੰਜਾਬੀ ਕਾਨਫਰੰਸ ਵੀ ਅਟੈਂਡ ਕੀਤੀ, ਅਤੇ ਕੀ ਕਹਿਣਾ ਚਾਹੋਗੇ ਮੈਨੂੰ ਮਿਲ ਕੇ? ਤੁਹਾਨੂੰ ਕੈਸਾ ਲੱਗਾ? ਅਤੇ ਮੈਨੂੰ ਕਿ ਤੁਹਾਨੂੰ ਮਿਲ ਕੇ ਬੜਾ ਅੱਛਾ ਲੱਗਾ, ਅਤੇ ਦੱਸੋ ਫਿਰ ਆਪਣੇ ਚਾਹਣ ਵਾਲਿਆਂ ਨੂੰ। ਹਾਂਜੀ, ਅੱਜ ਕਾਨਫਰੰਸ ਵੀ ਕਾਨਫਰੰਸ ਅਨਾਊਂਸ ਕੀਤੀ ਆ, 18, 19, 20 ਨਵੰਬਰ ਨੂੰ ਕਾਨਫਰੰਸ ਹੋ ਰਹੀ ਆ, ਅੱਜ ਉਹਦਾ ਅੱਛਾ, ਅਸੀਂ ਪੋਸਟਰ ਲਾਂਚ ਕੀਤਾ, ਉਹਨੂੰ ਅਨਾਊਂਸ ਡੇਟ ਅਨਾਊਂਸ ਕੀਤੀ ਆ, ਤੇ ਤੁਹਾਨੂੰ ਮਿਲ ਕੇ ਵੀਰੇ ਬਹੁਤ ਵਧੀਆ ਲੱਗਾ। ਇਹ ਮਤੀਨ ਇਹਦਾ ਨਾਂ ਫੌਰੀ ਤੌਰ ਤੇ, ਤੇ ਕੰਮ ਵੀ ਕਰਦਾ ਫੌਰੀ ਤੌਰ ਤੇ, ਤੇ ਹੁਣ ਮੇਰਾ ਇੰਟਰਵਿਊ ਕਰਨ ਤੋਂ ਬਾਅਦ ਮੈਂ ਵੀ ਨਿਕਲ ਜਾਣਾ ਫੈਸਲਾਬਾਦ ਨੂੰ ਫੌਰੀ ਤੌਰ ਤੇ, ਇਹਨੇ ਘਰ ਚ ਜਾਣਾ ਫੌਰੀ ਤੌਰ ਤੇ। ਮੈਂ ਕਿ ਇੱਥੇ ਜਾਣਾ, ਇੰਨੇ ਨਹੀਂ ਚਲੇ ਜਾਣਾ ਫੌਰੀ ਤੌਰ ਤੇ, ਨਹੀਂ ਤੂੰ ਇੱਥੋਂ ਤੇ ਆਪਣੇ ਘਰ ਜਾਣਾ ਨਾ ਫੌਰੀ ਤੌਰ ਤੇ, ਇੱਥੋਂ ਤਾਂ ਆਪਣੇ ਘਰ ਹੀ ਜਾਣਾ। ਅੱਛਾ, ਨਾ ਸਰ ਢਿੱਲੋਂ ਭਾਈ, ਇੱਥੋਂ ਦਾ ਜਿਹੜਾ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰੋ, ਜਿਹੜਾ ਤੁਸੀਂ ਰੀਸੈਂਟਲੀ ਦੁਬਈ ਹੋ ਕੇ ਆਏ ਹੋ, ਮੈਨੂੰ ਉਹਦੇ ਨਾਲ ਪੋਡਕਾਸਟ ਕਰਕੇ, ਤੇ ਉਹਦੇ ਬਾਰੇ ਥੋੜ੍ਹੇ ਜਿਹੇ ਅਜ਼ਹਾਰੇ ਖਿਆਲ ਕਰੋ, ਥੋੜ੍ਹਾ ਜਿਹਾ ਯਾਦਾਂ ਦੱਸੋ। ਫਿਰ ਉੱਥੇ ਜਾ ਕੇ ਜਦੋਂ ਦੱਸਦੇ ਤੁਸੀਂ ਵੱਧਦੇ ਹੋ, ਦੂਜੇ ਲੋਕਾਂ ਨੂੰ ਮਿਲਦੇ ਹੋ, ਦੁਨੀਆ ਪੂਰੀ ਜਾਂਦੇ ਹੋ, ਤੁਹਾਡਾ ਐਕਸਪੋਜ਼ਰ ਵੱਧਦਾ, ਲੋਕਾਂ ਨੂੰ ਮਿਲ ਕੇ ਤੁਹਾਡਾ ਦਿਮਾਗ ਖੁੱਲਦਾ, ਤੁਹਾਡੇ ਤਾਲੁਕਾਤ ਜ਼ਿਆਦਾ ਬਿਲਡ ਹੁੰਦੇ ਆ, ਤੁਹਾਡੀ ਸੋਚ ਜਿਹੜੀ ਐਕਸਪੈਂਡ ਹੁੰਦੀ ਆ। ਸੋ ਮੈਨੂੰ ਲੱਗਦਾ ਵੀ ਦੁਨੀਆ ਘੁੰਮਿਆ ਫਿਰਿਆ ਤੁਰਿਆ ਮਿਲਿਆ ਲੋਕਾਂ ਨੂੰ, ਬਹੁਤ ਤੁਹਾਡੀ ਇਲਮ 'ਚ ਇਜ਼ਾਫਾ ਹੁੰਦਾ। ਅੱਛਾ, ਨਾ ਸਰ ਢਿੱਲੋਂ ਭਾਈ ਜੀ, ਪੰਜਾਬੀ ਪਹੁੰਚਾ ਦੇ ਉੱਤੇ ਕਿ ਤੁਸੀਂ ਪੂਰੇ ਵਰਲਡ ਵਿੱਚ ਚੱਲ ਗਏ, ਪੰਜਾਬ ਚਲੇ ਜਾਂਦੇ, ਪੰਜਾਬ ਨੂੰ ਪ੍ਰਮੋਟ ਕਰ ਰਹੇ ਹੋ, ਇੱਕ ਸਾਂਝਾ ਪੰਜਾਬ ਤੁਸੀਂ ਫਿਲਮ ਵੀ ਬਣਾਈ, ਉਹ ਵੀ ਅਸੀਂ ਦੇਖੀ, ਕਿ ਮਜ਼ੀਦ ਅੱਗੇ ਘੱਟਦੇ ਜਿਹੜੇ ਨੇ ਫਿਲਮਾਂ ਦੇ ਹਵਾਲੇ ਨਾਲ, ਪਾਕਿਸਤਾਨੀ ਅਤੇ ਇੰਡੀਅਨ ਅਤੇ ਸਾਂਝੇ ਪੰਜਾਬ ਫਿਲਮ ਇੰਡਸਟਰੀ ਦੇ ਹਵਾਲੇ ਨਾਲ ਤੁਹਾਡੇ ਕੀ ਅੱਗੇ ਪਲੈਨ ਹੈਗੇ ਨੇ? ਅਸੀਂ ਜ਼ਰੂਰ ਇੱਕ ਜੀ ਹੋਰ ਅੱਗੇ ਫਿਲਮ ਕਰ ਰਹੇ ਹਾਂ। ਅੱਛਾ, ਪਾਕਿਸਤਾਨ ਦੇ ਵਿੱਚ ਬਣੇਗੀ, ਉੱਧਰੋਂ ਲਿਖਵਾਈ, ਉੱਧਰੋਂ ਰਾਜੂ ਵਰਮਾ ਉਹਨੇ ਲਿਖੀ ਹੈ। ਅੱਛਾ, ਅਤੇ ਅਸੀਂ ਪਾਕਿਸਤਾਨ ਦੇ ਵਿੱਚ ਸ਼ੂਟ ਕਰਾਂਗੇ, ਅਤੇ ਬਹੁਤ ਜਲਦ ਤੁਹਾਨੂੰ ਵੇਖਣ ਨੂੰ ਇੱਕ ਚੰਗੀ ਫਿਲਮ ਜਿਹੜੀ ਵੇਖਣ ਨੂੰ। ਚਲੋ ਠੀਕ ਹੈ ਜੀ, ਇੱਥੇ ਹੀ ਅਸੀਂ ਆਪਣੀ ਵੀਡੀਓ ਐਂਡ ਕਰਨੀ ਹੈ। ਲਾਸਟ 'ਤੇ ਤੁਸੀਂ ਆਪਣੇ ਚੈਨਲ ਵਾਲਿਆਂ ਨੂੰ ਕੋਈ ਇੱਕ ਪਿਆਰਾ ਜਿਹਾ ਪੈਗਾਮ ਦੇਣਾ ਚਾਹੋ? ਪੈਗਾਮ ਇਹੀ ਹੈ, ਟਾਈਮ ਬਹੁਤ ਹੋ ਗਿਆ, ਸੌਂ ਜਾਓ ਫੌਰੀ ਤੌਰ 'ਤੇ, ਤੁਸੀਂ ਵੀ ਚਲੇ ਜਾਓ ਫੌਰੀ ਤੌਰ 'ਤੇ। ਕੋਈ ਚੌਕ, ਬਹੁਤ ਸ਼ੁਕਰੀਆ ਸਾਰਿਆਂ।